ਮਾਲਵਾ ਪੰਜਾਬੀ ਬੈਲ ਚੈਨਲ ਦੇ ਤੁਹਾਡਾ ਸਭ ਦਾ ਸਵਾਗਤ ਕੀਤਾ ਜਾਂਦਾ ਹੈ। ਸੋ ਅੱਜ ਅਸੀਂ ਕਰਾਂਗੇ ਆਧੁਨਿਕ ਕਵੀ ਨੰਦ ਲਾਲ ਨੂਰਪੁਰੀ ਜੀ ਬਾਰੇ, ਜੋ ਕਿ ਦੂਜੇ ਦੌਰ ਦਾ ਕਵੀ ਸੀ ਅਤੇ ਜਿਨ੍ਹਾਂ ਦਾ ਜਨਮ ਨੂਰਪੁਰ 1906 ਈਸਵੀ ਵਿੱਚ ਅਤੇ ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ। ਮੌਤ 1966 ਈਸਵੀ ਵਿੱਚ। ਮਾਤਾ ਹੁਕਮੀ ਦੇਵੀ, ਪਿਤਾ ਬਿਸ਼ਨ ਸਿੰਘ ਜੀ। ਦਰਬਾਰਾਂ ਦੀ ਸ਼ਾਨ ਮੰਨਿਆ ਜਾਂਦਾ ਸੀ ਨੰਦ ਲਾਲ ਨੂਰਪੁਰੀ ਨੂੰ। ਗੀਤਾਂ ਦਾ ਬਾਦਸ਼ਾਹ ਕਿਸ ਨੂੰ ਮੰਨਿਆ ਜਾਂਦਾ ਸੀ? ਨੰਦ ਲਾਲ ਨੂਰਪੁਰੀ ਨੂੰ। ਦਰਬਾਰਾਂ ਦੀ ਸ਼ਾਨ ਵੀ ਮੰਨਿਆ ਜਾਂਦਾ ਸੀ ਨੰਦ ਲਾਲ ਨੂਰਪੁਰੀ ਨੂੰ, ਅਤੇ ਗੀਤਾਂ ਦਾ ਬਾਦਸ਼ਾਹ ਵੀ ਨੰਦ ਲਾਲ ਨੂਰਪੁਰੀ ਨੂੰ ਮੰਨਿਆ ਜਾਂਦਾ ਸੀ। ਨੰਦ ਲਾਲ ਨੂਰਪੁਰੀ ਦੀ ਪਹਿਲੀ ਰਚਨਾ ਸੀ ਨੂਰਪੁਰੀਆ। ਇਹਨਾਂ ਦੀ ਪਹਿਲੀ ਰਚਨਾ ਕਿਹੜੀ ਸੀ? ਨੂਰਪੁਰੀਆ, ਜੋ ਕਿ ਉਰਦੂ ਵਿੱਚ ਸੀਗੀ। ਨੰਦ ਲਾਲ ਨੂਰਪੁਰੀ ਦੇ ਚੋਣਵੀਆਂ ਕਵਿਤਾਵਾਂ ਦੇ ਸੰਗ੍ਰਹਿ ਦਾ ਕੀ ਨਾਮ ਹੈ? ਜਿਹੜਾ ਚੋਣਵੀਆਂ ਕਵਿਤਾਵਾਂ ਵਾਲਾ ਇਹਨਾਂ ਦਾ ਸੰਗ੍ਰਹਿ ਹੈ, ਉਹਦਾ ਨਾਮ ਹੈ ਪੰਜਾਬ ਬੋਲਿਆ। 1971 ਈਸਵੀ ਵਿੱਚ ਪ੍ਰਕਾਸ਼ਿਤ ਹੋਈ। ਨੂਰਪੁਰੀ ਦਾ ਜੀਵਨ ਕਾਲ ਕੀ ਸੀ? ਉਹਨਾਂ ਦੇ ਜੀਵਨ ਕਾਲ ਦੀ ਗੱਲ ਕਰੀਏ ਤਾਂ ਆਪਾਂ ਕਰਿਆ ਹੀ ਸੀ ਕਿ ਜਨਮ 1906 ਵਿੱਚ ਹੋਇਆ ਅਤੇ ਮੌਤ 1966 ਈਸਵੀ ਵਿੱਚ ਹੋਈ। ਸਮੁੱਚੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ, ਜਿਹੜਾ ਸਮੁੱਚੀਆਂ ਦਾ ਹੈ ਉਹ ਹੈ ਆਖਰੀ ਸੁਗਾਤ, ਅਤੇ ਚੋਣਵੀਆਂ ਕਵਿਤਾਵਾਂ ਵਾਲਾ ਉਹ ਹੈ ਪੰਜਾਬ ਬੋਲਿਆ, ਅਤੇ ਸਮੁੱਚੀਆਂ ਆ ਜੇ ਤਾਂ ਆਖਰੀ ਸੁਗਾਤ। ਨੂਰਪੁਰੀ ਦਾ ਆਖਰੀ ਕਾਵਿ ਸੰਗ੍ਰਹਿ ਕਿਹੜਾ ਸੀ? ਹੁਣ ਹੈ ਆਖਰੀ ਕਾਵਿ ਸੰਗ੍ਰਹਿ, ਅਤੇ ਆਖਰੀ ਕਾਵਿ ਸੰਗ੍ਰਹਿ ਦੀ ਗੱਲ ਕਰੀਏ ਤਾਂ ਉਹ ਸੀ ਸੁਗਾਤ। ਇਹ ਸੀ ਆਖਰੀ ਸੁਗਾਤ, ਇਹ ਸੀਗਾ ਸਮੁੱਚੀਆਂ ਕਵਿਤਾਵਾਂ ਦਾ ਸੰਗ੍ਰਹਿ, ਕਾਵਿ ਸੰਗ੍ਰਹਿ ਉਹ ਸੀਗਾ ਆਖਰੀ ਸੁਗਾਤ। ਪਰ ਜੇ ਆਖਰੀ ਕਾਵਿ ਸੰਗ੍ਰਹਿ ਦੀ ਗੱਲ ਕਰੀਏ ਤਾਂ ਉਹ ਸੀ ਸੁਗਾਤ। ਨੂਰਪੁਰੀ ਨੇ ਕਿਸ ਫਿਲਮ ਦੇ ਗੀਤ ਲਿਖੇ? ਕਿਸ ਕਿਸ ਫਿਲਮ ਦੇ ਗੀਤ ਲਿਖੇ? ਇੱਕ ਤਾਂ ਮੰਗਤੀ ਫਿਲਮ, ਇਹ ਜਿਹੜੀ ਕਿ ਇਹਨਾਂ ਦੀ ਬਹੁਤ ਹੀ ਮਸ਼ਹੂਰ ਰਹੀ ਸੀ ਫਿਲਮ, ਅਤੇ ਮੰਗਤੀ ਇਹਨਾਂ ਵਿੱਚ ਇਹਨਾਂ ਨੇ ਗੀਤ ਲਿਖੇ, ਗੀਤ ਬਹਾਰਾਂ ਦੇ ਅਤੇ ਵਲਾਇਤ ਪਾਸ। ਨੂਰਪੁਰੀ ਨੇ ਥਾਣੇਦਾਰ ਦੀ ਨੌਕਰੀ ਕਿੱਥੇ ਕੀਤੀ? ਬੀਕਾਨੇਰ ਵਿੱਚ, ਰਾਜਸਥਾਨ ਦੇ ਬੀਕਾਨੇਰ ਹੈ, ਉੱਥੇ ਇਹਨਾਂ ਨੇ ਥਾਣੇਦਾਰ ਦੀ ਨੌਕਰੀ ਕੀਤੀ। ਜੁੱਤੀ ਕਸੂਰੀ ਇਹ ਗੀਤ ਹੈ ਜਿਹੜਾ, ਜੁੱਤੀ ਕਸੂਰੀ ਪੈਣੀ ਨਾ ਪੂਰੀ, ਉਹ ਵਾਲੀ ਗੀਤ ਹੈ ਜਿਹੜਾ, ਜੋ ਕਿ ਬਹੁਤ ਹੀ ਮਕਬੂਲ ਹੋਇਆ ਸੀਗਾ, ਅਤੇ ਕਿਸ ਦੁਆਰਾ ਗਾਇਆ ਗਿਆ ਸੀਗਾ? ਸੁਰਿੰਦਰ ਕੌਰ ਉਹਨਾਂ ਨੇ ਗਾਇਆ ਸੀ, ਜੋ ਇਹਨਾਂ ਨੇ ਲਿਖਿਆ ਸੀ। ਹੀਰਾ ਸਿੰਘ ਦਰਦ ਨੇ ਨੂਰਪੁਰੀ ਦੀਆਂ ਕਵਿਤਾਵਾਂ ਆਪਣੇ ਕਿਸ ਮਾਸਿਕ ਪੱਤਰ ਵਿੱਚ ਛਾਪੀਆਂ? ਫੁਲਵਾੜੀ ਮਾਸਿਕ ਪੱਤਰ ਹੈ ਜਿਹੜਾ ਇਹਨਾਂ ਦਾ, ਹੀਰਾ ਸਿੰਘ ਦਰਦ ਆ, ਉਹਦੇ ਵਿੱਚ ਕੀ ਇਹਨਾਂ ਨੇ ਕਵਿਤਾਵਾਂ ਛਾਪੀਆਂ ਸੀਗੀਆਂ ਨੂਰਪੁਰੀ ਜੀ ਦੀਆਂ। ਨੂਰਪੁਰੀ ਦਾ ਸੁਨਹਿਰੀ ਕਾਲ, ਜੇ ਸੁਨਹਿਰੀ ਕਾਲ ਦੀ ਗੱਲ ਕਰੀਏ ਤਾਂ 1966 ਈਸਵੀ ਤੋਂ, ਉਹ ਸੋਰੀ 46 ਈਸਵੀ ਤੋਂ 1960 ਈਸਵੀ ਤੱਕ ਇਹਨਾਂ ਦਾ ਸੁਨਹਿਰੀ ਕਾਲ ਸੀ। 1946 ਈਸਵੀ ਤੋਂ 1960 ਈਸਵੀ ਤੱਕ ਇਹਨਾਂ ਦਾ ਸੁਨਹਿਰੀ ਕਾਲ ਸੀ। ਅੱਗੇ ਆਪਾਂ ਕਰਦੇ ਹਾਂ ਕਿ ਵਟਣਾ, ਬਾਕੀ, ਜੋਗੀ ਆਦਿ ਰਚਨਾਵਾਂ ਹੈ, ਇਹ ਕਿਸ ਕਾਵਿ ਸੰਗ੍ਰਹਿ ਵਿੱਚ ਦਰਜ ਹਨ? ਵੰਗਾਂ ਕਾਵਿ ਸੰਗ੍ਰਹਿ ਹੈ, ਉਹਦੇ ਵਿੱਚ ਇਹ ਕੀ ਰਚਨਾਵਾਂ ਇਹਨਾਂ ਦੀਆਂ ਦਰਜ ਹਨ। ਨੂਰਪੁਰੀ ਦੀ ਮੌਤ ਦਾ ਕਾਰਨ ਸੀ, ਉਹਨਾਂ ਦੀ ਮੌਤ ਕਿਉਂ ਹੋਈ ਸੀ? ਕਿਉਂਕਿ ਉਹਨਾਂ ਦੇ ਘਰ 'ਚ ਇੱਕ ਆਰਥਿਕ ਮੰਦਹਾਲੀ ਛਾ ਗਈ ਸੀ, ਅਤੇ ਜਿਸ ਕਰਕੇ ਉਹਨਾਂ ਨੇ ਖੂਹ 'ਚ ਛਾਲ ਮਾਰ ਕੇ ਆਪਣੀ ਆਤਮ ਹੱਤਿਆ ਕਰ ਲਈ। ਨੂਰਪੁਰੀ ਨੇ ਮੰਗਤੀ ਫਿਲਮ ਕਿਸ ਦੀ ਪ੍ਰੇਰਣਾ ਸਦਕਾ ਬਣਾਈ ਸੀ? ਫਿਰੋਜ਼ਦੀਨ ਸ਼ਰਫ। ਜਿਉਂਦੇ ਭਗਵਾਨ ਕਵਿਤਾ ਵਿੱਚ ਕਿਸ ਨੂੰ ਸ਼ਰਧਾਂਜਲੀ ਦਿੱਤੀ ਗਈ? ਕਿਸ ਨੂੰ ਦਿੱਤੀ ਗਈ ਸ਼ਰਧਾਂਜਲੀ? ਸ਼ਹੀਦਾਂ ਨੂੰ। ਉਹਨਾਂ ਨੂੰ ਕੀ ਕਿਹਾ ਗਿਆ ਕਿ ਜਿਉਂਦੇ ਭਗਵਾਨ? ਨੂਰਪੁਰੀ ਦੇ ਲਗਭਗ ਕਿੰਨੇ ਗੀਤ ਰਿਕਾਰਡ ਹੋਏ? 60 ਗੀਤ। ਆਧੁਨਿਕ ਪੰਜਾਬੀ ਗੀਤਾਂ ਦਾ ਮੋਢੀ ਕੌਣ ਸੀ? ਨੂਰਪੁਰੀ। ਭੋਲਾ ਪੰਛੀ ਦੀ ਸਾਹਿਤਿਕ ਵਿਧਾ ਕੀ ਹੈ? ਇਹ ਕੀ ਇੱਕ ਕਵਿਤਾ ਹੈ। ਨੂਰਪੁਰੀ ਦੇ ਕਿਸ ਕਾਵਿ ਸੰਗ੍ਰਹਿ ਨੂੰ ਭਾਸ਼ਾ ਵਿਭਾਗ ਵੱਲੋਂ ਸਨਮਾਨ ਮਿਲਿਆ? ਸੁਗਾਤ ਹੈ ਜਿਹੜਾ, ਇਸ ਕਾਵਿ ਸੰਗ੍ਰਹਿ ਨੂੰ ਕੀ ਹੈ, ਭਾਸ਼ਾ ਵਿਭਾਗ ਵੱਲੋਂ ਸਨਮਾਨਿਆ ਗਿਆ ਸੀ। ਨੂਰਪੁਰ ਦੇ ਗੀਤਾਂ ਨੂੰ ਕਿਸ ਕਿਸ ਨੇ
ਗਾਇਆ ਇਹਨਾਂ ਦੇ ਨੂਰਪੁਰੀ ਇੱਥੇ ਨੂਰਪੁਰੀ ਕਰਨਾ ਸੋਰੀ ਗਲਤੀ ਹੋ ਗਈ ਨੂਰਪੁਰੀ ਦੇ ਗੀਤਾਂ ਨੂੰ ਕਿਸ ਕਿਸ ਨੇ ਗਾਇਆ ਸੀ ਆਸਾ ਸਿੰਘ ਮਸਤਾਨਾ ਨੇ ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ ਨੇ ਨੰਦ ਲਾਲ ਨੂਰਪੁਰੀ ਦੀ ਯਾਦ ਵਿੱਚ ਕਿਹੜੀ ਸੁਸਾਇਟੀ ਬਣਾਈ ਗਈ ਇਹਨਾਂ ਦੀ ਯਾਦ 'ਚ ਕਿਹੜੀ ਸੁਸਾਇਟੀ ਬਣਾਈ ਗਈ ਸੀ ਨੰਦ ਲਾਲ ਨੂਰਪੁਰੀ ਹੀ ਸੁਸਾਇਟੀ ਬਣਾਈ ਗਈ ਸੀ ਇਹਨਾਂ ਦੀ ਯਾਦ ਵਿੱਚ ਨੂਰਪੁਰੀ ਦੀ ਪ੍ਰਵਿਰਤੀ ਕਿਹੋ ਜੀ ਹੈ ਪ੍ਰਵਿਰਤੀ ਦੀ ਗੱਲ ਕਰੀਏ ਤਾਂ ਇਹ ਕੁਛ ਧਾਰਮਿਕ ਅਤੇ ਰੋਮਾਂਟਿਕ ਸਨ ਗੀਤ ਗੀਤ ਇਹਨਾਂ ਨੇ ਜਿਹੜੇ ਲਿਖੇ ਇਹਨਾਂ ਵਿੱਚੋਂ ਜਿਹੜੇ ਮਕਬੂਲ ਹੋਏ ਜਿਵੇਂ ਕਿ ਦਾਤੇ ਦੀਆਂ ਬੇਪਰਵਾਹੀਆਂ ਤੋਂ ਬੇਪਰਵਾਹ ਡਰਿਆ ਕਰ ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ ਚੰਨ ਵੇ ਸ਼ੌਂਕਣ ਮੇਲੇ ਦੀ ਨੀ ਮੈਨੂੰ ਦਿਓਰ ਦੇ ਵਿਆਹ 'ਤੇ ਨੱਚ ਲੈਣ ਦੇ ਚੁੰਮ ਚੁੰਮ ਰੱਖੂ ਨੀ ਕਲਗੀ ਜੁਝਾਰ ਦੀ ਕਿੱਥੇ ਮੱਤ ਤੋਰਿਆ ਅਜੀਤ ਅਤੇ ਜੁਝਾਰ ਨੂੰ ਅਤੇ ਵੰਗਾਂ ਇਹ ਇਹਨਾਂ ਦੇ ਕੀ ਹੈ ਗੀਤ ਹੈ ਅਤੇ ਹੁਣ ਕੁਛ ਕਿਤਾਬਾਂ ਦੀ ਗੱਲ ਕਰਦੇ ਹਾਂ ਜਿਹੜੀ ਕਿ ਸੁਗਾਤ ਇਹਨਾਂ ਨੇ ਲਿਖੀ ਨੂਰਪੁਰੀ ਦੇ ਗੀਤ ਵੰਗਾਂ ਜਿਉਣਾ ਪੰਜਾਬ ਚੰਗਿਆੜੇ ਅਤੇ ਨੂਰਪੁਰੀਆ ਥੈਂਕ ਯੂ